ਾਰੇ ਕਿਸਾਨ ਵੀਰੋ ਪ੍ਰੋਗਰਾਮ ਮੇਰਾ ਪਿੰਡ ਮੇਰੇ ਖੇਤ ਦੇ ਵਿੱਚ ਤੁਹਾਡਾ ਸਵਾਗਤ ਕਰਦੇ ਆਂ ਅੱਜ ਸਾਡੇ ਜ਼ਿਲ੍ਹਾ ਜਲੰਧਰ ਦੇ ਦੂਰਦਰਸ਼ਨ ਕੇਂਦਰ ਦੀ ਟੀਮ ਪਹੁੰਚੀ ਹੈ ਜ਼ਿਲ੍ਹਾ ਮਾਨਸਾ ਦੇ ਵਿੱਚ ਜ਼ਿਲ੍ਹਾ ਮਾਨਸਾ ਦਾ ਬਲਾਕ ਹੈ ਭੀਖੀ ਤੇ ਪਿੰਡ ਹੈ ਟੈਪੀ ਅੱਜ ਇੱਥੇ ਖੇਤਾਂ ਦੇ ਵਿੱਚ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਦੇ ਮਾਹਰ ਇਕੱਠੇ ਹੋਏ ਨੇ ਤੇ ਸੂਝਵਾਨ ਕਿਸਾਨ ਵੀਰ ਪਿੰਡ ਟੈਪੀ ਦੇ ਤੇ ਨਾਲ ਲੱਗਦੇ ਪਿੰਡਾਂ ਦੇ ਇੱਥੇ ਇਕੱਠੇ ਹੋਏ ਆ ਇੱਕ ਫੀਲਡ ਸਕੂਲ ਚੱਲ ਰਿਹਾ ਜਿੱਥੇ ਆਪਸ ਵਿੱਚ ਵਿਚਾਰ ਵਟਾਂਦਰਾ ਚੱਲ ਰਿਹਾ ਕਿ ਸਿੱਧੀ ਬਜਾਈ ਜਿਹੜਾ ਅੱਜ ਕੱਲ ਇੱਕ ਭਖ ਦਾ ਮਸਲਾ ਆ ਉਹਦੇ ਸੰਬੰਧੀ ਗੱਲਬਾਤ ਕਰ ਰਹੇ ਨੇ ਤੇ ਆਪਾਂ ਇਹਨਾਂ ਨਾਲ ਗੱਲਬਾਤ ਕਰਾਂਗੇ ਸੋ ਤੁਸੀਂ ਵੀ ਦੋਸਤੋ ਜਿਵੇਂ ਜਾਣਦੇ ਹੋ ਕਿ ਇਹ ਜਿਹੜਾ ਸਿੱਧੀ ਬਜਾਈ ਦਾ ਮਸਲਾ ਆ ਪੂਰੇ ਪੰਜਾਬ ਦੇ ਵਿੱਚ ਇਹ ਪੰਜਾਬ ਦੇ ਵਿੱਚ ਹੀ ਨਹੀਂ ਬਲਕਿ ਨਾਲ ਦੀਆਂ ਸਟੇਟਾਂ ਦੇ ਵਿੱਚ ਵੀ ਭਖ ਦਾ ਮਸਲਾ ਆ ਕਿਉਂਕਿ ਕੁਦਰਤੀ ਸਰੋਤਾਂ ਨੂੰ ਬਚਾਉਣਾ ਅੱਜ ਸਮੇਂ ਦੀ ਲੋੜ ਹੈ ਪੰਜਾਬ ਸਰਕਾਰ ਨੇ ਵੀ ਇਹ ਸਿੱਧੀ ਬਜਾਈ ਦੇ ਉੱਤੇ ਜ਼ੋਰ ਦਿੱਤਾ ਹੈ ਕਿ ਜਿਹੜੇ ਕਿਸਾਨ ਵੀਰ ਪਿੰਡਾਂ ਦੇ ਵਿੱਚ ਸਿੱਧੀ ਬਿਜਾਈ ਕਰਨਗੇ ਝੋਨੇ ਦੀ ਉਹਨਾਂ ਨੂੰ ਇੱਕ ਤਾਂ ਉਹਨਾਂ ਦੀ ਹੌਸਲਾ ਅਫਜ਼ਾਈ ਦੇ ਲਈ 1500 ਰੁਪਏ ਪ੍ਰਤੀ ਏਕੜ ਦੇਣਾ ਹੈ ਸੋ ਆਪਾਂ ਫਿਰ ਇਸ ਖੇਤ ਸਕੂਲ ਦੇ ਵਿੱਚ ਕਿਸਾਨਾਂ ਦੇ ਵਿਚਾਰ ਲੈਣੇ ਆ ਕਿ 1500 ਰੁਪਏ ਉਹਨਾਂ ਨੂੰ ਕਿਸ ਤਰ੍ਹਾਂ ਲੱਗਦਾ ਹੈ ਵੀ ਠੀਕ ਹੈ ਤੇ ਇਹ ਸਿੱਧੀ ਬਿਜਾਈ ਕਿਸ ਤਰ੍ਹਾਂ ਦੀ ਆ ਆਪਾਂ ਇਹਨਾਂ ਦੇ ਕੋਲ ਚੱਲਦੇ ਆ ਸੋ ਆਓ ਫਿਰ ਤੁਹਾਨੂੰ ਮਾਹਰਾਂ ਦੇ ਨਾਲ ਪਹਿਲਾਂ ਤਾਲੁਕਤ ਕਰਵਾਈਏ ਤੁਹਾਡਾ ਸਭ ਤੋਂ ਪਹਿਲਾਂ ਸਾਡੇ ਮਾਨਸਾ ਜ਼ਿਲ੍ਹੇ ਦੀ ਮੁੱਖ ਖੇਤੀਬਾੜੀ ਅਫਸਰ ਮਨਜੀਤ ਸਿੰਘ ਜੀ ਸਾਡੇ ਵਿਚਕਾਰ ਨੇ ਉਹਨਾਂ ਤੋਂ ਪੁੱਛਦਿਆਂ ਕਿ ਸਿੱਧੀ ਬਜਾਈ ਹੈ ਜਿਹੜੀ ਝੋਨੇ ਦੀ ਕਰਨ ਲਈ ਮਾਨਸਾ ਜ਼ਿਲ੍ਹੇ ਦੇ ਵਿੱਚ ਇਹ ਕੀ ਕਿਸਾਨ ਵੀਰਾਂ ਨੂੰ ਪ੍ਰੇਰਿਤ ਪ੍ਰੇਰਿਤ ਕਰ ਰਿਹਾ ਜਿਸ ਤਰ੍ਹਾਂ ਆਪਾਂ ਸਾਰਿਆਂ ਨੂੰ ਪਤਾ ਵੀ ਆਪਣੇ ਪੰਜਾਬ ਵਿੱਚ ਪਾਣੀ ਦੀ ਬੜੀ ਵੱਡੀ ਸਮੱਸਿਆ ਕ੍ਰੀਏਟ ਹੋ ਰਹੀ ਆ ਪਾਣੀ ਦੀ ਬਚਤ ਨੂੰ ਕਰਨ ਲਈ ਅਸੀਂ ਝੋਨੇ ਦੀ ਜਿਹੜੀ ਆਪਣੀ ਤਕਨੀਕ ਆ ਉਹਦੇ ਵਾਸਤੇ ਡੀਐਸਆਰ ਦੀ ਤਕਨੀਕ ਲੈ ਕੇ ਆਂਦੀ ਆ ਪੰਜਾਬ ਸਰਕਾਰ ਵੀ ਇਸ ਤਕਨੀਕ ਨੂੰ ਪਰਫਲਿਤ ਕਰਨ ਲਈ 1500 ਰੁਪਏ ਪ੍ਰਤੀ ਏਕੜ ਕਿਸਾਨਾਂ ਨੂੰ ਮੁਆਵਜ਼ੇ ਦੇ ਵਿੱਚ ਦੇ ਰਹੀ ਆ ਤੇ ਇਹ ਇਹਦੇ ਵਾਸਤੇ ਇਸ ਸਕੀਮ ਨੂੰ ਆਪਾਂ ਪੂਰੀ ਤਰ੍ਹਾਂ ਕਾਮਯਾਬ ਕਰਨ ਵਿੱਚ ਜਿਹੜਾ ਮੇਨ ਆਪਣਾ ਕਾਰਨ ਉਹ ਦੋ ਤਿੰਨ ਗੱਲਾਂ ਤੇ ਨਿਰਭਰ ਕਰਦੀ ਆ ਇੱਕ ਤਾਂ ਆਪਣੀ ਸਹੀ ਜਿਹੜੀ ਜ਼ਮੀਨ ਦੀ ਚੋਣ ਕਰਨੀ ਆ ਇਹ ਦਰਮਿਆਨੀਆਂ ਤੋਂ ਭਾਰੀਆਂ ਜ਼ਮੀਨਾਂ ਵਿੱਚ ਹੀ ਬੀਜਣੀ ਚਾਹੀਦੀ ਆ ਹਾਂ ਤੇ ਦੂਸਰਾ ਗੱਲ ਹੈ ਸਹੀ ਕਿਸਮਾਂ ਦੀ ਚੋਣ ਇਸ ਵਾਸਤੇ ਵੀ ਆਪਾਂ ਜੋ ਕਿਸਮਾਂ ਦੀ ਚੋਣ ਕਰਨੀ ਆ ਉਹ ਘੱਟ ਡਿਊਰੇਸ਼ਨ ਵਾਲੀਆਂ ਹੋਣੀਆਂ ਜ਼ਰੂਰੀ ਨੇ ਤੇ ਤੀਸਰੀ ਗੱਲ ਆਪਣਾ ਖੇਤ ਦਾ ਜਿਹੜਾ ਪੱਧਰਾ ਉਹ ਬਿਲਕੁਲ ਲੇਜ਼ਰ ਲੈਵਲਰ ਨਾਲ ਪੱਧਰਾ ਕੀਤਾ ਹੋਣਾ ਚਾਹੀਦਾ ਤਾਂ ਕਿ ਪਾਣੀ ਦੀ ਸਹੀ ਮਾਤਰਾ ਸਹੀ ਟਾਈਮ ਤੇ ਪੰਪ ਸਪਲਾਈ ਕਰ ਸਕੇ ਬਹੁਤ ਅੱਛੀ ਗੱਲ ਡਾਕਟਰ ਸਾਹਿਬ ਨੇ ਕਹੀ ਹੈ ਕਿ ਇੱਕ ਤਾਂ ਇਹ ਦਰਮਿਆਨੀਆਂ ਤੋਂ ਭਾਰੀਆਂ ਜ਼ਮੀਨਾਂ ਦੇ ਵਿੱਚ ਅਸੀਂ ਚੋਨੇ ਦੀ ਸਿੱਧੀ ਬਿਜਾਈ ਕਰਨੀ ਇਹ ਨਹੀਂ ਆ ਕਿ ਖੇਤ ਸਾਡਾ ਵੈਸੀ ਪਿਆ ਆ ਖਾਲੀ ਪਿਆ ਆ ਕਈ ਸਾਲਾਂ ਤੋਂ ਆਪਾਂ ਉਹਦੇ ਵਿੱਚ ਸਿੱਧੀ ਬਿਜਾਈ ਕਰਦੀ ਇਹਨਾਂ ਸੋ ਜਿੱਥੇ ਪਹਿਲਾਂ ਝੋਨਾ ਲੱਗਦਾ ਉੱਥੇ ਅਸੀਂ ਬਜਾਈ ਕਰਨੀ ਆ ਡਾਕਟਰ ਸਾਹਿਬ ਮੈਂ ਤੁਹਾਡੇ ਤੋਂ ਵੀ ਪੁੱਛਣਾ ਚਾਹੂੰਗਾ ਕਿ ਕਿੰਨਾ ਕੁ ਟਾਰਗੇਟ ਰੱਖਿਆ ਕੋਈ ਤੁਸੀਂ ਵੰਡਿਆ ਆ ਆਪਣੇ ਜ਼ਿਲ੍ਹੇ ਦਾ ਕਿ ਕਿੰਨਾ ਕੁ ਅਸੀਂ ਇਹ ਸਿੱਧੀ ਬਜਾਈ ਥੱਲੇ ਕਰਾਉਣਾ ਇਸ ਤਰ੍ਹਾਂ ਸਾਡਾ ਪਿਛਲੇ ਸਾਲ ਦਾ ਅਸੀਂ 11000 ਹੈਕਟੇਅਰ ਦੇ ਵਿੱਚ ਡੀਐਸਆਰ ਤਕਨੀਕ ਨਾਲ ਝੋਨਾ ਬਜਾਇਆ ਸੀ ਐਸ ਵਾਰ ਅਸੀਂ ਤਕਰੀਬਨ 20 ਤੋਂ 25000 ਟਾਰਗੇਟ ਲੈ ਕੇ ਚੱਲ ਰਹੇ ਹਾਂ 20 ਤੋਂ 25000 इजीली ਅਸੀਂ ਇਸ ਸਕੀਮ ਥੱਲੇ ਲੈ ਕੇ ਆਉਣ ਦੀ ਕੋਸ਼ਿਸ਼ ਕਰਾਂਗੇ ਬਿਲਕੁਲ ਬਿਲਕੁਲ ਸੋ ਦੇਖੋ ਮੁੱਖ ਇਤਿਬਦੀ ਅਫਸਰ ਡਾਕਟਰ ਮਨਜੀਤ ਸਿੰਘ ਜੀ ਟਾਰਗੇਟ ਫਿਕਸ ਕਰ ਦਿੱਤੇ ਨੇ ਪੂਰੇ ਜ਼ਿਲ੍ਹੇ ਦੇ ਵਿੱਚ ਇਹਨਾਂ ਨੇ ਸੋ ਸਾਰੇ-ਸਾਰੇ ਬਲਾਕਾਂ ਦੇ ਵਿੱਚ ਸਾਰੇ ਐਗਰੀਕਲਚਰ ਅਫੀਸਰਸ ਨੂੰ ਸਾਰੇ ਏਡੀਓ ਸਾਹਿਬਾਨ ਨੂੰ ਇੱਕ ਟਾਰਗੇਟ ਜਿਹੜਾ ਵੰਡ ਦਿੱਤਾ ਗਿਆ ਆ ਸੋ ਪਿੰਡਾਂ ਦੇ ਵਿੱਚ ਜਾ ਰਹੇ ਆ ਅੱਜ ਅਸੀਂ ਜਿਹੜਾ ਇਹ ਖੇਤ ਦਿਵਸ ਜਾਂ ਅਸੀਂ ਫੀਲਡ ਸਕੂਲ ਆ ਜਿਹੜਾ ਇਹ ਮਨਾ ਰਹੇ ਆ ਇਹਦੇ ਵਿੱਚ ਬਿਲਕੁਲ ਸਿੱਧੀ ਬਜਾਈ ਅਸੀਂ ਕਰਕੇ ਦਿਖਾ ਰਹੇ ਆ ਮਸ਼ੀਨ ਦੇ ਨਾਲ ਕਿ ਕਿਸ ਤਰ੍ਹਾਂ ਕਰਨੀ ਆ ਸੋ ਕਿਸਾਨ ਵੀਰ ਇੱਥੇ ਮੌਜੂਦ ਨੇ ਜਿਨ੍ਹਾਂ ਨੇ ਪਿਛਲੇ ਸਮੇਂ ਦੇ ਦੌਰਾਨ ਵੀ ਇਹ ਬਜਾਈ ਕੀਤੀ ਆ ਜਾਂ ਨਵੇਂ ਕਿਸਾਨ ਵੀ ਨੇ ਉਹ ਵੀ ਇਹ ਬਜਾਈ ਨੂੰ ਦੇਖ ਕੇ ਆਪਣੇ ਖੇਤਾਂ ਦੇ ਵਿੱਚ ਕਰਨਗੇ ਸੋ ਅੱਜ ਅਸੀਂ ਤਕਨੀਕ ਦਿਖਾਉਣ ਦੇ ਲਈ ਇਹ ਜਿਹੜਾ ਸਾਰਾ ਇੱਥੇ ਫੀਲਡ ਸਕੂਲ ਦਾ ਪ੍ਰੋਗਰਾਮ ਉਲੀਕਿਆ ਸੋ ਨਾਲ ਹੀ ਬਲਾਕ ਖੇਤੀਬਾੜੀ ਅਫਸਰ ਵੀ ਨੇ ਉਹਨਾਂ ਨੂੰ ਵੀ ਪੁੱਛਦਿਆਂ ਕਿ ਸਿੱਧੀ ਬਜਾਈ ਸੰਬੰਧੀ ਥੋੜੀ ਜੀ ਤਕਨੀਕੀ ਗਿਆਨ ਦੇਣ ਕਿ ਕਿਹੜੀ ਵੈਰਾਈਟੀ ਕਦੋਂ ਬੀਜਣੀ ਆ ਕਿੰਨਾ ਪਾਣੀ ਲਾਉਣਾ ਕਿਵੇਂ ਬਜਾਈ ਕਰਨੀ ਆ ਡਾਕਟਰ ਹਰਵਿੰਦਰ ਸਿੰਘ ਜੀ ਤਿੰਨ ਚਾਰ ਪੁਆਇੰਟ ਕਿਸਾਨ ਭਰਾਵਾਂ ਨੂੰ ਦਿਮਾਗ ਵਿੱਚ ਰੱਖਣੇ ਪੈਣਗੇ ਜੇ ਉਹਨਾਂ ਨੇ ਬਿਨਾਂ ਲੇਬਰ ਤੋਂ ਮਸ਼ੀਨ ਨਾਲ ਝੋਨੇ ਦੀ ਸਿੱਧੀ ਬਜਾਈ ਜਿਹੜੀ ਕਰਨੀ ਆ ਖੇਤ ਵਿੱਚ ਪਹਿਲਾਂ ਤਾਂ ਪੁਆਇੰਟ ਇਹ ਆ ਕਿ ਜ਼ਮੀਨ ਉਹ ਦਰਮਿਆਨੀ ਤੋਂ ਭਾਰੀ ਹੋਣੀ ਚਾਹੀਦੀ ਹੈ ਜਾਨੀ ਕਿ ਉਹਦੇ ਚ ਕਈ ਸਾਲਾਂ ਤੋਂ ਝੋਨਾ ਜਿਹੜਾ ਲੱਗਿਆ ਹੋਣਾ ਚਾਹੀਦਾ ਕੋਈ ਹੋਰ ਫਸਲ ਨਹੀਂ ਹੋਣੀ ਚਾਹੀਦੀ ਅ ਦੂਸਰੀ ਗੱਲ ਨਹਿਰੀ ਪਾਣੀ ਦੀ ਉਪਲਬਧਤਾ ਹੋਣੀ ਚਾਹੀਦੀ ਆ ਇੱਕ ਨੰਬਰ ਪਾਣੀ ਖਾਸ ਕਰਕੇ ਜਿਹੜਾ ਉਸ ਖੇਤ ਨੂੰ ਲੱਗਣਾ ਚਾਹੀਦਾ ਤਾਂ ਕਿ ਜਿਹੜੇ ਸਹੀ ਸਲਾਮਤਾ ਬੂਟੇ ਉਹ ਜਰਮੀਨੇਟ ਕਰਨ ਔਰ ਪੂਰ ਚੜਨ ਔਰ ਇਸ ਤੋਂ ਇਲਾਵਾ ਜਿਹੜੀਆਂ ਘੱਟ ਸਮੇਂ ਦੀਆਂ ਵੈਰੈਟੀਆਂ ਕੱਟਸਮਣੀਆ ਵੈਰੈਟੀਆਂ ਜਿਵੇਂ ਕਿ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੀ ਪੀਆਰ 126 ਔਰ ਜੇ ਉਹ ਉਹਦਾ ਵੀ ਨਹੀਂ ਮਿਲਦਾ ਤਾਂ ਪੀਆਰ 128 ਪੀਆਰ 130 ਪੀਆਰ 131 ਇਹ ਵੈਰੈਟੀਆਂ ਝੋਨੇ ਦੀਆਂ 20 ਮਈ ਤੋਂ ਬਾਅਦ ਸਿੱਧੀ ਜਿਹੜੀ ਬਜਾਈ ਥੱਲੇ ਝੋਨੇ ਦੀ ਲਿਆਂਦੀਆਂ ਜਾ ਸਕਦੀਆਂ ਔਰ ਮੈਂ ਕਿਸਾਨ ਵੀਰਾਂ ਨੂੰ ਇਹ ਵੀ ਸੁਝਾ ਦੇਵਾਂਗਾ ਕਿ ਪਾਣੀ ਦੀ ਜ਼ਿਆਦਾ ਬਚਤ ਵਾਸਤੇ ਜਿਹੜਾ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਨੇ ਕਿਹਾ ਕਿ ਝੋਨੇ ਦੀ ਸਿੱਧੀ ਬਿਜਾਈ 1 ਜੂਨ ਤੋਂ ਲੈ ਕੇ 15 ਜੂਨ ਤੱਕ ਜੇ ਕੀਤੀ ਜਾਵੇ ਤਾਂ ਪਾਣੀ ਦੀ ਹੋਰ ਵੀ ਬਹੁਤ ਜ਼ਿਆਦਾ ਬਚਤ ਹੋਊਗੀ। ਸੋ ਬਹੁਤ ਅੱਛੀ ਗੱਲ ਹੈ ਜੀ ਦੇਖੋ ਇਹਨਾਂ ਨੇ ਵੈਰਾਈਟੀਆਂ ਦੱਸੀਆਂ ਕਿ ਕਿਹੜੀ ਵੈਰਾਈਟੀ ਅਸੀਂ ਸਿੱਧੀ ਬਿਜਾਈ ਦੇ ਲਈ ਖੇਤਾਂ ਦੇ ਵਿੱਚ ਵਰਤ ਸਕਦੇ ਹਾਂ, ਕਦੋਂ ਬਿਜਾਈ ਕਰ ਸਕਦੇ ਹਾਂ ਤੇ ਸਾਰਾ ਸਾਨੂੰ ਦੇਖ ਕੇ ਨਹਿਰੀ ਪਾਣੀ ਇਹਨਾਂ ਨੇ ਕਿਹਾ ਜੇ ਉਪਲਬਧ ਹੋਵੇ ਤਾਂ ਹੋਰ ਵੀ ਵਧੀਆ ਹੈ ਨਹੀਂ ਤਾਂ ਇੱਕ ਨੰਬਰ ਪਾਣੀ ਸਾਡੇ ਬੋਰ ਦਾ ਹੋਵੇ ਤਾਂ ਇਹ ਬਿਜਾਈ ਕਾਮਯਾਬ ਹੋ ਜਾਂਦੀ ਹੈ। ਸੋ ਸਾਡੇ ਨਾਲ ਹੋਰ ਵੀ ਮਾਹਰ ਸਹਿਮਾਨ ਨੇ ਉਹਨਾਂ ਨੂੰ ਵੀ ਪੁੱਛਦਿਆਂ ਕਿ ਕੀ ਨਦੀਨ ਨਾਸ਼ਕ ਇਹਦੇ ਉੱਤੇ ਕਦੋਂ ਕਰਨਾ ਕਿਉਂਕਿ ਨਦੀਨਾਂ ਦੇ ਡਰੋਂ ਹੀ ਪੰਜਾਬ ਦੇ ਵਿੱਚ ਇਹ ਸਿੱਧੀ ਬਜਾਈ ਨਹੀਂ ਹੋ ਰਹੀ ਚਮਨਦੀਪ ਸਿੰਘ ਡਿਪਟੀ ਪ੍ਰੋਜੈਕਟਰ ਐਕਟਰਾ ਆਤਮਾ ਤੇ ਜਿਹੜਾ ਨਦੀਨਾਂ ਦੀ ਜਿਹੜੀ ਮੇਨ ਸਮੱਸਿਆ ਇਹਦੇ ਵਿੱਚ ਕਾਫੀ ਆਉਂਦੀ ਹੈ ਇਦੇ ਲਈ ਆਪਾਂ ਨੂੰ ਜਿਹੜੀ ਸਟੌਂਪ ਨਾਂ ਦੀ ਇੱਕ ਦਵਾਈ ਹੈ ਉਹ 48 ਘੰਟੇ ਦੇ ਵਿੱਚ ਵਿੱਚ ਜਿਹੜੀ ਸਪਰੇਅ ਕਰਨੀ ਹੁੰਦੀ ਹੈ ਵੀ ਜੇ ਕਹਿਣ ਦਾ ਮਤਲਬ ਜਦੋਂ ਆਪਾਂ ਬਜਾਈ ਕਰ ਲਈ ਨਾਲ ਦੀ ਨਾਲ 48 ਘੰਟੇ ਦੇ ਵਿੱਚ ਵਿੱਚ ਸਪਰੇਅ ਕਰਾਂਗੇ ਤਾਂ ਫਿਰ ਜਿਹੜੇ ਨਦੀਨ ਹੈ ਉਹ ਉਹਨਾਂ ਦੀ ਮੁਸ਼ਕਲ ਹੈ ਜਿਹੜੀ 75% ਘਟ ਜਾਂਦੀ ਹੈ ਉਸ ਤੋਂ ਬਾਅਦ ਇੱਕ ਨੋਮਨੀ ਗੋਲਡ 25 ਦਿਨਾਂ ਬਾਅਦ ਇੱਕ ਵਾਰੀ ਫੇਰ ਸਪਰੇਅ ਕਰਨ ਦੀ ਲੋੜ ਹੁੰਦੀ ਹੈ ਉਸ ਨਾਲ ਜਿਹੜੀ ਇਹ 100% ਨਦੀਨਾਂ ਦੀ ਮੁਸ਼ਕਲ ਤੋਂ ਕਿਸਾਨ ਵੀਰਾਂ ਨੂੰ ਜਿਹੜੀ ਇਹ ਮੁਕਤੀ ਮਿਲ ਸਕਦੀ ਹੈ ਮੈਂ ਇਹਦੇ ਵਿੱਚ ਨਦੀਨ ਅਸ਼ਕੀ ਹੈ ਤੇ ਇੱਕ ਲੋਹਾ ਤੱਤ ਦੀ ਘਾਟ ਆ ਜਾਂਦੀ ਹੈ ਕਿਤੇ ਕਿਤੇ ਹਲਕੀਆਂ ਜ਼ਮੀਨਾਂ ਦੇ ਵਿੱਚ ਤਾਂ ਹੀ ਆਪਾਂ ਨੂੰ ਹਲਕੀਆਂ ਜ਼ਮੀਨਾਂ ਵਿੱਚ ਇਹ ਲੋਹਾ ਹੱਤਤ ਦੇ ਕਰਕੇ ਨਹੀਂ ਕਰਨੀ ਚਾਹੀਦੀ ਬਜਾਈ ਸੋ ਡਿਪਟੀ ਪ੍ਰੋਜੈਕਟ ਡਾਇਰੈਕਟਰ ਨੇ ਆਤਮਾ ਦੇ ਇਹਨਾਂ ਨੇ ਦੱਸਿਆ ਕਿ ਦੋ ਨਦੀਨਾ ਅਸ਼ਕ ਦਵਾਈਆਂ ਨੇ ਜਿਹੜੀਆਂ ਅਸੀਂ ਇੱਕ ਤਾਂ ਤੁਰੰਤ ਬਜਾਈ ਤੋਂ ਬਾਅਦ ਕਰਨੀਆਂ ਸਟੌਂਪ ਦਵਾਈ ਹੈ ਪੈਂਡੀਮੈਥਲਿਨ ਉਹਦਾ ਟੈਕਨੀਕਲ ਹੈ 1 ਲੀਟਰ ਪਰ ਏਕੜ ਕਰਨੀ ਹੈ ਦੂਸਰੀ ਹੈਗੀ ਆ ਨੋਮੀਨੀ ਗੋਲਡ ਉਹ ਅਸੀਂ 1 ਮਹੀਨੇ ਬਾਅਦ ਕਰਨੀ ਆ ਸੋ ਬਹੁਤ ਵਧੀਆ ਦੋਨੇ ਦਵਾਈਆਂ ਨੇ ਜੇ ਅਸੀਂ ਇਹ ਕਰਦੇ ਆ ਤਾਂ ਸਿੱਧੀ ਬਜਾਈ ਦੇ ਵਿੱਚ ਨਦੀਨਾਂ ਦੀ ਰੋਕਥਾਮ ਬਹੁਤ ਵਧੀਆ ਹੋ ਸਕਦੀ ਹੈ ਸੋ ਸਾਡੇ ਨਾਲ ਇਸ ਸਰਕਲ ਦੇ ਏਡੀਓ ਸਾਹਿਬਾਨ ਵੀ ਨੇ ਪਹਿਲਾਂ ਤੁਸੀਂ ਆਪਣਾ ਨਾਮ ਦੱਸਦੇ ਤੇ ਪਿੰਡ ਦੇ ਵਿੱਚ ਕਿਸ ਤਰ੍ਹਾਂ ਪ੍ਰਚਾਰ ਕਰ ਰਹੇ ਹੋ ਫਿਰ ਇਹ ਸਿੱਧੀ ਬਜਾਈ ਦਾ ਮੈਂ ਅਮਨਦੀਪ ਸਿੰਘ ਚਾਹਲ ਖੇਤੀਬਾੜੀ ਵਿਕਾਸ ਅਫਸਰ ਸਰਕਲ ਟੈਪੀ ਬਲਾਕ ਬਿੱਖੀ ਵਿੱਚ ਹੁਣ ਜਿਹੜੀਆਂ ਆਪਣੀਆਂ ਸੇਵਾਵਾਂ ਨਿਭਾ ਰਹੇ ਆਂ ਤੇ ਜਿਵੇਂ ਅਸੀਂ ਡੀਐਸਆਰ ਦੀ ਜਿਹੜੀ ਵੀ ਵੱਧ ਤੋਂ ਵੱਧ ਕਿਸਾਨ ਜਿਹੜੇ ਵਿਜਨ ਆਪਦੇ ਖੇਤਾਂ ਦੇ ਵਿੱਚ ਇਸ ਤਕਨੀਕ ਨੂੰ ਅਪਣਾਉਣ ਅਸੀਂ ਵੱਖ-ਵੱਖ ਪਿੰਡਾਂ ਦੇ ਵਿੱਚ ਕੈਂਪ ਲਗਾ ਰਹੇ ਆਂ ਵੀ ਡੀਐਸਆਰ ਡੀਐਸਆਰ ਬ੍ਰਤੀ ਜਿਹੜਾ ਆਪਣਾ ਹੋਰ ਏਕੜਾ ਜਿਹੜਾ ਏਕੜੇ ਜੜੀ ਵਧਾਈ ਜਾਵੇ ਇਸ ਤਰ੍ਹਾਂ ਅਸੀਂ ਜਿਹੜਾ ਡੀਐਸਆਰ ਦਾ ਪ੍ਰਚਾਰ ਕਰ ਰਹੇ ਆਂ ਤੇ ਬਾਕੀ ਅਸੀਂ ਇਹ ਵੀ ਮਾਰਕੀਟ ਦੇ ਵਿੱਚ ਧਿਆਨ ਰੱਖ ਰਹੇ ਆਂ ਕਿ ਕਿਸਾਨਾਂ ਨੂੰ ਸਹੀ ਤੇ ਸਹੀ ਜਿਹੜੇ ਬੀਜ ਆ ਉਪਲਬਧ ਕਰਾਏ ਜਾਣ ਪਿਛਲੇ ਸਾਲ ਵੀ ਕੋਈ ਬਜਾਈ ਇਸ ਸਰਕਲ ਦੇ ਵਿੱਚ ਹੋਈ ਸੀ ਹਾਂਜੀ ਹਾਂਜੀ ਪਿਛਲੇ ਪਿਛਲੇ ਸਾਲ ਲਗਭਗ ਇਸ ਸਰਕਲ ਦੇ ਵਿੱਚ ਮੇਰੇ ਹਸਾਬ ਨਾਲ ਮੇਰੇ 6 ਪਿੰਡ ਪੈਂਦੇ ਆ 6 ਪਿੰਡਾਂ ਦੇ ਵਿੱਚ ਘੱਟੋ ਘਾਟ 8-900 ਕਿਲਾ ਜਿਹੜਾ ਇਸ ਡੀਐਸਆਰ ਪ੍ਰਤੀ ਆਇਆ ਸੀ ਆਇਆ ਸੀਗਾ ਇਸ ਵਾਰ ਸਾਡਾ ਜਿਹੜਾ ਟਾਰਗੇਟ ਇਹ ਆ ਵੀ ਘੱਟੋ ਘਾਟ ਅਸੀਂ 5 ਤੋਂ 4 ਤੋਂ ਲੈ ਕੇ 5000 ਏਕੜ ਜਿਹੜਾ ਇਸ ਸਰਕਲ ਦੇ ਵਿੱਚ ਵਜਵਾਉਣਾ ਹੈਗਾ ਡੀਐਸਆਰ ਨਾਲ ਤੇ ਤੁਹਾਡੇ ਤੋਂ ਇਹਦੀ ਕਾਮਯਾਬੀ ਸੰਬੰਧੀ ਪੁੱਛਣਾ ਚਾਹੁੰਗਾ ਪਿਛਲੇ ਸਾਲਾਂ ਦੇ ਦੌਰਾਨ ਕਿਵੇਂ ਦਾ ਨਤੀਜਾ ਰਿਹਾ ਅ ਪਿਛਲੇ ਸਾਲ ਜੋ ਇਹ ਹੈਗਾ ਵੀ ਨਤੀਜਾ ਜਿਨ੍ਹਾਂ ਨੇ ਬਜਾਈ ਸਹੀ ਤਰੀਕੇ ਨਾਲ ਕਰੀ ਸੀ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਹਿਸਾਬ ਨਾਲ ਕਰੀ ਸੀ ਉਹਨਾਂ ਦਾ ਚਾਰ ਦਸਨ ਵਿੱਚ ਦੇਖਣ ਵਿੱਚ ਇਹ ਹੈ ਕਿ ਦੂਜੇ ਜਿਹੜੀ ਆਪਾਂ ਕਦੂ ਕਰਕੇ ਚੋਨਾ ਆਪਣੇ ਖੇਤਾਂ ਵਿੱਚ ਲਗਾਉਣੇ ਆ ਉਹਨਾਂ ਤੋਂ ਵੀ ਜ਼ਿਆਦਾ ਝਾੜ ਇੱਥੇ ਪਾਇਆ ਗਿਆ ਪਰ ਕਈਆਂ ਨੂੰ ਇਸ ਮੁਸ਼ਕਲ ਦਾ ਸਾਹਮਣਾ ਇਹ ਕਰਨਾ ਪਿਆ ਕਿਉਂਕਿ ਉਹਨਾਂ ਨੇ ਇੱਕ ਬਹੁਤ ਹੀ ਜ਼ਿਆਦਾ ਗੇਤੀ ਜਿਹੜੀ ਬਜਾਈਆ ਕਰਤੀ ਸੀਗੀ ਤੇ ਦੂਜੀ ਗੱਲ ਇਹ ਹੈ ਜਦੋਂ ਪਿਛਲੇ ਸਾਲ ਆਪਣੇ ਮਈ ਮਹੀਨੇ ਦੇ ਵਿੱਚ ਜਿਨ੍ਹਾਂ ਨੇ ਬਜਾਈ ਕਰਤੀ ਸੀ ਉਹਦੇ ਉੱਪਰ ਇੱਕ ਮੀਂਹ ਪੈ ਗਿਆ ਸੀਗਾ ਜਿਹੜਾ ਉਸ ਮੀਂਹ ਦਾ ਸੀਗਾ ਸਿਸਟਮ ਇਹਦਾ ਉਹ ਇਹ ਆ ਵੀ ਮੰਨ ਲਓ ਜਦੋਂ ਆਪਾਂ ਬਜਾਈ ਕਰਤੀ ਝੋਨੇ ਦੀ ਤੇ ਉੱਪਰ ਮੀਂਹ ਪੈ ਗਿਆ ਤਾਂ ਪਹਿਲੀ ਗੱਲ ਇਹ ਆ ਵੀ ਕਿਸਾਨ ਵੀਰوں ਘਬਰਾਉਣ ਦੀ ਜਿਹੜੀ ਕੋਈ ਲੋੜ ਨਹੀਂ ਹੈਗੀ ਉਹਦੇ ਆਪਾਂ ਜਾਂ ਤਾਂ ਉਹਨੂੰ ਇੱਕ ਆਪਾਂ ਤਾਰਾਂ ਵਾਲੇ ਜੰਗਲੇ ਨਾਲ ਤਾਂ ਕਰੰਟ ਬਣ ਸਕਦੇ ਆ ਦੂਜੀ ਗੱਲ ਇਹ ਆ ਉਹਨੂੰ 22 ਦਿਨ ਪਾਣੀ ਨਾ ਲਾਓ ਜਦੋਂ ਆਪਾਂ 20ਵੇਂ ਦਿਨ ਪਾਣੀ ਲਾਵਾਂਗੇ ਨਾ ਤਾਂ ਉਹਦੇ ਜਿਹੜੇ ਝੋਨੇ ਦੀ ਜਿਹੜੇ ਉੱਪਰਲਾ ਪੱਤਾਗਾ ਉਹਦੀ ਤੂਈ ਬਹੁਤ ਤਿੱਖੀ ਹੁੰਦੀ ਹੈ ਉਹ ਜ਼ਮੀਨ ਨੂੰ ਪਾੜ ਕੇ ਉੱਪਰ ਨਿਕਲ ਆਵੇਗੀ ਇਸ ਲਈ ਘਬਰਾਉਣ ਦੀ ਕੋਈ ਲੋੜ ਨਹੀਂ ਜੇ ਉੱਪਰ ਮੀਂਹ ਪੈਂਦਾਗਾ ਵਧੀਆ ਜਾਣਕਾਰੀ ਦਿੱਤੀ ਹੈ ਕਿ ਰਕਬਾ ਜਿਹੜਾ ਕਾਫੀ ਵਧਾਰ ਰਹੇ ਹਾਂ ਤੇ ਪਿਛਲੇ ਸਾਲਾਂ ਦੇ ਦੌਰਾਨ ਜਿਹੜਾ ਨਤੀਜਾ ਸੀ ਉਹ ਵੀ ਬਹੁਤ ਅੱਛਾ ਰਿਹਾ ਸੋ ਹੁਣ ਆਪਾਂ ਚੱਲਦੇ ਹਾਂ ਫਾਰਮਰਸ ਦੇ ਕੋਲ ਉਹਨਾਂ ਦੀਆਂ ਕੀ ਸਮੱਸਿਆਵਾਂ ਆਉਂਦੀਆਂ ਇਸ ਬਿਜਾਈ ਸੰਬੰਧੀ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਤਾਂਜੀਤ ਸਿੰਘ ਸਾਹਿਬਾ ਸਰਪੰਚ ਪਿੰਡ ਅਮੀਰਗੜ ਟੈਪੀ ਜੀ ਜੀ ਸੋ ਕਿਸ ਤਰ੍ਹਾਂ ਦੀ ਲੱਗੀ ਫਿਰੇ ਕਾਫੀ ਲੰਬੇ ਸਮੇਂ ਵਿਸਤਾਰ ਨਾਲ ਹੀ ਦੱਸ ਦਿਓ 3 ਸਾਲ ਹੋ ਗਏ ਸਾਨੂੰ ਬੀਜ ਦੇਣੂ ਪਿਛਲੇ ਸਾਲ 40 ਕਿੱਲੇ ਬੀਜੇ ਤਿਕੇ ਐਤਕੀ ਵੱਧ ਤੋਂ ਵੱਧ ਬੀਜਾਂ ਬਸ ਪਾਣੀ ਦੀ ਸਮੱਸਿਆ ਜ਼ਿਆਦਾ ਆਉਂਦੀ ਹੈ ਸਾਨੂੰ ਲੇਟ ਵੱਧ ਇਹੀ ਜਿਮਚਾ ਹੈ ਬਾਕੀ ਸਰਕਾਰ ਨੂੰ ਇਹ ਬੇਨਤੀ ਕਰਦਾ ਹੈ 1500 ਨਾਲ ਕੀ ਆਇਆ ਕੱਖਾਂ ਡਾ ਵੀ ਪਿਛਲੇ ਸਾਲ ਜ਼ਿਆਦਾ ਹੋਇਆ ਵੀ ਵੱਧ ਮਤ ਕਰੀ ਜਾਵੇ। ਸਿਆਦ ਸਰਕਾਰ ਨੂੰ ਬਸ ਇਹ ਬੇਨਤੀ ਕਰਦੇ ਹਾਂ ਵੀ ਘਟੋ ਘਟ 5000 ਰੁਪਏ ਦਿੱਤਾ ਜਾਵੇ ਫਿਰ ਵੱਧ ਤੋਂ ਵੱਧ ਸਾਰੇ ਪਿੰਡ ਕੀ ਨਾਂ ਬੀਜ ਦੂਜੇ ਪਦਮ ਉਹ ਨਹੀਂ ਇਹ ਤੁਸੀਂ ਸਾਨੂੰ ਥੋੜਾ ਜਿਹਾ ਵਿਸਥਾਰ ਨਾਲ ਇਹ ਦੱਸੋ ਕਿ ਝਾੜ ਕਿੱਦਾਂ ਦਾ ਤੁਹਾਡਾ ਰਿਹਾ? ਝਾੜ ਵੀ ਵਧੀਆ ਰਿਹਾ ਜੀ ਕਣਕ ਦਾ ਵੀ ਝਾੜ ਵੱਧਾ ਇਹਦੇ ਨਾਲ ਤੇ ਇੱਕ ਸਰਕਾਰ ਨੇ ਨਾ ਪੜਾਵਰ ਬਜਾਈ ਸ਼ੁਰੂ ਕੀਤੀ ਹੈ ਵੀ ਆਪਣੇ ਬਟੰਡੇ ਵੱਲ ਥੋੜੀ ਅਲੱਗ ਤਰੀਕ ਰੱਖੀ ਹੈ ਜਲੰਧਰ ਵਾਲਾ ਅਲੱਗ ਤੁਹਾਨੂੰ ਕਿੱਦਾਂ ਦਾ ਲੱਗਦਾ ਇਹ ਤਰੀਕ ਤਾਂ ਵੈਸੇ ਗਲਤ ਆ ਜਿਹੜਾ ਪੜਾਵਾਇ ਤੇ ਫਿਰ ਲੇਬਰ ਦੀ ਸਮੱਸਿਆ ਆਉਜੀ ਚੂਹੇ ਦੀ ਪ੍ਰੋਬਲਮ ਵੀ ਆਉਂਦੀ ਆ ਘਰ ਇੱਥੇ ਜਿਆਦੇ ਤੇ ਵੀ ਦਵਾਈ ਦਬੂਈ ਮਹਿਕਮੇਨ ਵੱਲੋਂ ਬੇਨਤੀ ਆ ਵੀ ਹੋਵੇ ਕਿਸਾਨ ਵੀਰ ਦੱਸ ਰਹੇ ਨੇ ਕਿ ਸਾਨੂੰ ਸਮੱਸਿਆ ਤਾਂ ਆਉਂਦੀ ਆ ਥੋੜੀ ਬਹੁਤੀ ਪਰ ਬਹੁਤੀ ਸਮੱਸਿਆ ਨਹੀਂ ਆਉਂਦੀ ਝਾੜ ਵਧੀਆ ਆਉਂਦਾ ਇਹਦਾ ਤੇ ਇਹ ਇਸ ਵਾਰ ਵੀ ਕਾਫੀ ਬਜਾਈ ਕਰ ਰਿਹਾ ਝੋਨੇ ਦੀ ਸਿੱਧੀ ਬਜਾਈ ਦੀ ਸੋ ਮੈਨੂੰ ਲੱਗਦਾ ਉਮੀਦ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਇਹਦਾ ਰਕਬਾ ਪਿੰਡ ਦੇ ਵਿੱਚ ਵਧੂਗਾ ਸੋ ਅੱਗੇ ਹੋਰ ਕਿਸਾਨ ਵੀਰ ਨਾਲ ਗੱਲ ਕਰ ਲੈਣਾ ਤੁਸੀਂ ਆਓ ਜੀ ਅੱਗੇ ਥੋੜਾ ਜਾ ਸੁਖਦਰਸ਼ਨ ਦਰਸ਼ੀ ਜੀ ਜੀ ਮਾਨਸਾ ਤੋਂ ਤੁਸੀਂ ਸੁਖਦਰਸ਼ਨ ਦਰਸ਼ੀ ਕੀ ਤੁਹਾਡੇ ਮਨ ਦੇ ਵਿੱਚ ਕੀ ਸਵਾਲ ਹੈ ਮੇਰਾ ਤਾਂ ਇਹੀ ਹੈ ਵੀ ਜਿਵੇਂ ਖੇਤੀਬਾੜੀ ਮਾਹਰ ਕਹਿੰਦੇ ਨੇ ਕਿਸਾਨ ਵੀਰਾਂ ਨੂੰ ਕਿਸਾਨ ਵੀਰਾਂ ਨੂੰ ਚਾਹੀਦਾ ਉਸੇ ਤਰ੍ਹਾਂ ਹੀ ਝੋਨੇ ਦੀ ਬਜਾਈ ਜਾ ਜੋ ਵੀ ਫਸਲ ਹੈ ਉਹ ਵਿਜਨ ਕਿਉਂਕਿ ਆਪਣੇ ਪਾਣੀ ਦੀ ਕਿਲਤ ਪਹਿਲਾਂ ਹੀ ਚੱਲ ਰਹੀ ਹੈ ਬਾਕੀ ਸਰਕਾਰਾਂ ਨੂੰ ਵੀ ਚਾਹੀਦਾ ਹੈ ਵੀ ਕਿਸਾਨ ਵੀਰਾਂ ਦੇ ਉੱਤੇ ਸਾਡਾ ਪੰਜਾਬ ਨਿਰਭਰ ਹੈ ਜੇ ਕਿਸਾਨ ਖੁਸ਼ਹਾਲ ਹੈ ਤਾਂ ਅਸੀਂ ਸਾਰੇ ਵਪਾਰੀ ਵਰਗ ਵੀ ਖੁਸ਼ ਹੈ ਕਿਸਾਨ ਵਰਗ ਦੀ ਹਰ ਇੱਕ ਮੰਗ ਸਰਕਾਰ ਨੂੰ ਪੂਰੀ ਕਰਨੀ ਚਾਹੀਦੀ ਹੈ ਅਸੀਂ ਤਾਂ ਇਹ ਹੀ ਬੇਨਤੀ ਕਰਦੇ ਹਾਂ ਸਾਡਾ ਵਪਾਰ ਵੀ ਕਿਸਾਨਵਾਰਾਂ ਤਾਂ ਸਮਰਪਿਤ ਹੈ ਜੀ ਤੋਂ ਬਿਲਕੁਲ ਤੁਹਾਡੀ ਗੱਲ ਜਾਇਜ਼ ਹੈ ਜੀ ਕਿ ਜਿਹੜਾ ਓਵਰਆਲ ਵਪਾਰ ਹੈਗਾ ਖੇਤੀਬਾੜੀ ਦੇ ਨਾਲ ਸੰਬੰਧਿਤ ਉਹ ਜ਼ਿਮੀਂਦਾਰਾਂ ਦੇ ਉੱਤੇ ਹੀ ਧਰਮਦਾਰ ਉਦਾ ਕਰਦਾ ਹੈ ਜੇ ਜ਼ਿਮੀਂਦਾਰ ਖੁਸ਼ ਨੇ ਤਾਂ ਵਪਾਰੀ ਵੀ ਖੁਸ਼ ਹੈ ਸੋ ਸਰਕਾਰ ਨੂੰ ਜ਼ਿਮੀਂਦਾਰਾਂ ਦੀਆਂ ਸਮੱਸਿਆਵਾਂ ਨੂੰ ਪਹਿਲ ਦੇ ਆਧਾਰ ਤੇ ਹੱਲ ਕਰਨਾ ਚਾਹੀਦਾ ਤੁਸੀਂ ਵੀ ਇਸ ਬਜਾਈ ਵੱਲ ਮੁੜੇ ਹੋਏ ਹੋ ਜਾਂ ਤੁਸੀਂ ਇਹ ਬਜਾਈ ਨੂੰ ਆਪਣੇ ਪਿੰਡ ਦੇ ਵਿੱਚ ਹੁੰਦਿਆਂ ਦੇਖਿਆ ਵਿਚਾਰ ਦਿਓ ਆਪਣੇ ਕਿ ਸਿੱਧੀ ਬਜਾਈ ਚੋਂਨੇ ਦੀ ਕਿਸ ਤਰ੍ਹਾਂ ਦੀ ਪਿੰਡ ਦੇ ਵਿੱਚ ਰਹੀ ਹੈ ਹਾਂਜੀ ਮੈਂ ਨਰਿੰਦਰ ਸਿੰਘ ਪੰਟੇ ਵੀ ਸਾਡੇ ਇਹ ਬਜਾਈ ਤਾਂ ਹੀ ਬਹੁਤ ਪੁਰਾਣੀ ਹੋ ਰਹੀ ਹੈ ਪਹਿਲਾਂ ਦੇ ਵਿੱਚ ਨਦੀਨਾਂ ਦੀ ਪ੍ਰੋਬਲਮ ਬਹੁਤ ਜ਼ਿਆਦਾ ਥੀ ਉਹਦਾ ਚਲੋ ਹੁਣ ਦਵਾਈਆਂ ਆ ਗਈਆਂ ਥੋੜੀਆਂ ਕੰਟਰੋਲ ਹੁੰਦੀ ਐ ਫੇਰ ਵੀ ਹਜੇ ਵੀ ਨਦੀਨਾਂ ਦੀ ਪ੍ਰੋਬਲਮ ਹੈਗੀ ਐ ਜੀ ਕੋਈ ਹੋਰ ਸਰਕਾਰ ਨੂੰ ਚਾਹੀਦਾ ਵੀ ਨਵੀਂ ਦਵਾਈ ਦੀ ਕੋਈ ਕਾੜ੍ਹ ਕੱਢੀ ਜਾਵੇ ਬਾਕੀ ਸਾਰਿਆਂ ਤੋਂ ਪਹਿਲਾਂ ਹੁੰਦੀ ਐ ਜੀ ਪਾਣੀ ਦੀ ਪ੍ਰੋਬਲਮ ਨਹਿਰਾਂ 'ਚ ਜਦੋਂ ਹੁਣ ਬਿਜਾਈ ਐ ਮੰਨ ਲਓ ਪਹਿਲਾਂ ਬੀਜ ਜਿਹੜਾ gira gira ਹੁੰਦਾ ਜ ਜਨਦੀਨ ਹੁੰਦੇ ਜੇ ਰੌਣੀ ਕਰਕੇ ਵਾਹਿਆ ਜਾਵੇ ਪਾਹਣ ਪਾਣੀ ਵੀ ਵੱਧ ਛੱਡਿਆ ਜਾਵੇ ਨਹਿਰਾਂ ਦਾ ਪਹਿਲਾਂ ਵਧੀਆ ਇੱਕ ਸਾਡੇ ਪਾਣੀ ਮਾੜਿਆ ਨਾ ਉਹਦੇ ਕਰਕੇ ਹੀ ਉਹਦੇ ਕਰਕੇ ਵੀ ਬਿਜਾਈ ਦੀ ਕੱਟ ਹੁੰਦੀ ਆ ਉਸ ਕਰਕੇ ਮੈਂ ਤਾਂ ਕਹਿੰਦਾ ਵੀ ਵੱਧ ਤੋਂ ਵੱਧ ਪਾਣੀ ਨਹਿਰਾਂ 'ਚ ਛੱਡਿਆ ਜਾਵੇ ਜੀ ਜ਼ਿਮੀਦਾਰ ਰੌਣੀ ਕਰਕੇ ਵਾਹ ਕੇ ਚੰਗੀ ਤਰ੍ਹਾਂ ਫੇਰ ਬੀਜਣੀ ਬਾਕੀ ਝਾੜ ਦਾ ਇਹਦਾ ਜਿਆਦਾ ਹੈ ਉਹਦੇ ਨਾਲੋਂ ਆਪਣੇ ਕੱਦੂ ਵਾਲੀ ਨਾਲੋਂ ਤੇ ਕਣਕ ਦਾ ਝਾੜ ਵੀ ਵੱਧ ਹੈ ਕਿਉਂਕਿ ਜਿਹੜੀ ਆਪਾਂ ਕੱਦੂ ਕਰਦੇ ਆ ਉਹ ਵਾਹਣ ਜਦੋਂ ਆਪਾਂ ਗਿੱਲੇ 'ਚ ਛਾਗ ਛੁੱਕੇ ਮਰ ਜਨ ਉਹ ਸੈੱਟ ਹੋ ਜਾਂਦਾ ਜਿਵੇਂ ਇਤਕੀ ਪਿੱਛੇ 4 ਬਾਰਸ਼ ਆਈਆਂ ਹੀ ਉਹ ਪਾਣੀ ਖੜਨ ਕਰਕੇ ਬਹੁਤ ਜ਼ਿਆਦਾ ਕਣਕ ਬਰਬਾਦ ਹੋਈ ਹੈ ਜਿਹੜੀ ਇਹ ਆਪਣੀ ਸਿੱਧੀ ਵਿਜਾਈ ਹੋਈ ਸੀ ਇਹ ਬਿਲਕੁਲ ਨਹੀਂ ਕਿਤੇ ਵੀ ਕਬੂਜਾ ਵੀ ਨਹੀਂ ਮਰੇ ਜਾ ਕੇ ਜੇ ਪਿੱਛੇ ਹੋਰ ਜ਼ਿੰਮੇਵਾਰ ਨਾਲ ਗੱਲਬਾਤ ਕਰੋ ਨਾ ਬਹੁਤ ਵਾਰ ਝਾੜ-ਵੱਦੀ ਨਿਕਲੇ ਸੋ ਕੱਦੂ ਵਾਲੀ ਬਜਾਈ ਦੇ ਨਾਲੋਂ ਬਹੁਤ ਵਧੀਆ ਇਹ ਬਜਾਈ ਰਹਿੰਦੀ ਆ ਦੋ ਤਿੰਨ ਸਮੱਸਿਆਵਾਂ ਨੇ ਇਹਨਾਂ ਦੀਆਂ ਆਪਾਂ ਮਹਿਕਮੇ ਨਾਲ ਫੇਰ ਇੱਕ ਵਾਰੀ ਗੱਲਬਾਤ ਕਰਦੇ ਆ ਕਿ ਦੋ ਦਵਾਈਆਂ ਕਹਿ ਰਿਹਾ ਮਹਿਕਮਾ ਕੀ ਕਿਸਾਨ ਵੀਰਾਂ ਦੇ ਛਿੜਕਾ ਦੇ ਵਿੱਚ ਘਾਟ ਰਹਿ ਜਾਂਦੀ ਆ ਛਿੜਕਾ ਤਕਨੀਕ ਦੇ ਵਿੱਚ ਘਾਟ ਰਹਿ ਜਾਂਦੀ ਆ ਆਪਾਂ ਸਵਾਲ ਬਲਾਕ ਖੇਤੀਬਾੜੀ ਅਫਸਰ ਤੋਂ ਪੁੱਛਦੇ ਆ ਜਿਹੜੇ ਕਿਸਾਨ ਭਰਾਵਾਂ ਨੇ ਨਦੀਨਾਂ ਦੀ ਸਮੱਸਿਆ ਦੀ ਗੱਲ ਕੀਤੀ ਆ ਬਿਲਕੁਲ ਨਦੀਨਾਂ ਦੀ ਸਮੱਸਿਆ ਖਾਸ ਕਰਕੇ ਜਿੱਥੇ ਪਹਿਲੀ ਵਾਰ ਸਿੱਧੀ ਬਜਾਈ ਕੀਤੀ ਜਾਂਦੀ ਹੈ ਉੱਥੇ ਜ਼ਿਆਦਾ ਹੁੰਦੀ ਹੈ ਜਿੱਥੇ ਕਈ ਸਾਲਾਂ ਤੋਂ ਹੋ ਰਹੀ ਹੈ ਉੱਥੇ ਇਹ ਘਟਾ ਪਹਿਲਾਂ ਇਹ ਮੁਸ਼ਕਲ ਜ਼ਿਆਦਾ ਹੁੰਦੀ ਸੀ ਹੁਣ ਤਿੰਨ ਤਰ੍ਹਾਂ ਦੀਆਂ ਦਵਾਈਆਂ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਨੇ ਇਹਦੇ ਲਈ ਸਿਫਾਰਸ਼ ਕੀਤੀ ਹੈ ਨੋਮਿਨੀ ਗੋਲਡ ਜਿਹੜੀ ਹੈਗੀ ਆ ਉਹ 100 ਮਿਲੀਲੀਟਰ ਪਰ ਏਕੜ ਰਾਈਸ ਸਟਾਰ ਹੈਗੀ ਆ ਜਿਹੜੀ ਰਾਈਸ ਸਟਾਰ ਖਾਸ ਕਰਕੇ ਜਿਹੜੇ ਤਿਕੜੀ ਘਾਹ ਹੁੰਦੇ ਚੀਨੀ ਘਾਹ ਹੁੰਦੇ ਪਤਲੇ ਪੱਤੇ ਵਾਲੇ ਜਿਹੜੇ ਨਦੀਨ ਹੁੰਦੇ ਆ ਉਹਨਾਂ ਤੇ ਸਪਰਸ਼ ਕੀਤੀ ਗਈ ਹੈ 400 ਮਿਲੀਲੀਟਰ ਪਰ ਏਕੜ ਤੇ ਤੀਜੀ ਦਵਾਈ ਐਲਮਿਕਸ ਜਿੱਥੇ ਚੌੜੇ ਪੱਤੇ ਵਾਲੇ ਨਦੀਨ ਹੁੰਦੇ ਆ ਐਲਮਿਕਸ ਜਿਹੜੀ ਸਿਰਫ 8 ਗ੍ਰਾਮ ਕਿੱਲੇ ਦੀ ਦਵਾਈ ਦੀ ਸਪਰਸ਼ ਕੀਤੀ ਜਾਂਦੀ ਹੈ ਇਹਦੇ ਚ ਖਿਆਲ ਰੱਖਣ ਦੀ ਸਪਰੇ ਵੇਲੇ ਇਹ ਲੋੜ ਆ ਕਿ ਨਦੀਨ ਆ ਜਿਹੜੇ ਜਿਆਦਾ ਵੱਡੇ ਨਾ ਹੋਣ ਤਿੰਨ ਚਾਰ ਪੱਤਿਆਂ ਤੋਂ ਉਹਨਾਂ ਦੇ ਜਿਆਦਾ ਨਾ ਨਿਕਲਣ ਜੇ ਉਦੋਂ ਤੱਕ ਔਰ ਖਾਸ ਕਰਕੇ 25 ਤੋਂ 30 ਦਿਨਾਂ ਮਹੀਨੇ ਤੱਕ ਜੇ ਸਪਰੇ ਔਰ ਸਪਰੇ ਬੱਤਰ ਚ ਕਰਨੀ ਆ ਬੱਤ ਹੋਣਾ ਚਾਹੀਦਾ ਉਦੋਂ ਥੋੜੀ ਗਿੱਲ ਹੋਣੀ ਚਾਹੀਦੀ ਹੈ ਸੁੱਕੇ 'ਚ ਸਪਰੇਅ ਨਹੀਂ ਕਰਨੀ ਔਰ ਮੇਰੇ ਖਿਆਲ ਤਿੰਨੋਂ ਦਵਾਈਆਂ ਜੇ ਅੱਡ-ਅੱਡ ਨਦੀਨਾਂ ਦੇ ਸਬੰਧ ਵਿੱਚ ਇਹ ਸਪਰੇਅ ਕੀਤੀਆਂ ਜਾਣ ਇੱਕ ਨੂੰ ਵੱਡਾ ਨਾਂ ਲਾਇਆ ਜਾਵੇ ਤੇ ਤਿੰਨਾਂ ਦਵਾਈਆਂ ਜਿਹੇ-ਜੇ ਨਦੀਨ ਹੋਵੇ ਉਦੋਂ ਸਪਰੇਅ ਨਾਲ ਇਹ ਨਦੀਨਾਂ ਦਾ ਇਹਦਾ ਇਲਾਜ ਹੋ ਜਾਂਦਾ ਔਰ ਦੂਸਰੇ ਚੂਹਿਆਂ ਦੀ ਦਵਾਈ ਦੇ ਸਬੰਧ 'ਚ ਬਿਲਕੁਲ ਕਿਸਾਨ ਪਰਵਾਨਾ ਸਹਿਮਤਾਂ ਔਰ ਮੁੱਖ ਕੀਤਵੜੀ ਅਫਸਰ ਮਾਨਸਾ ਜੀ ਦੇ ਦੁਆਰਾ ਅਸੀਂ ਡਿਮਾਂਡ ਵੀ ਭੇਜੀ ਹੋਈ ਆ ਔਰ ਹਰ ਸਾਲ ਇਹ ਡਿਮਾਂਡ ਭੇਜਦੇ ਆ ਕਿ ਜਿੱਥੇ ਸਿਦੀ ਬਜਾਈ ਹੁੰਦੀ ਆ ਜਿੱਥੇ ਜ਼ਿਆਦਾ ਖੇਤ ਨੂੰ ਨਹੀਂ ਵਾਇਆ ਜਾਂਦਾ ਔਰ ਪਰਾਲੀ ਚ ਵੀ ਇਹਦੀ ਮੁਸ਼ਕਲ ਹੈਗੀ ਆ ਉਥੇ ਅਸੀਂ ਬਿਲਕੁਲ ਮੁੱਖ ਕੀਤੇ ਬੜੀ ਅਫਸਰ ਮਾਨਸਾ ਜੀ ਨੇ ਅਸ਼ੋਰੈਂਸ ਯਕੀਨ ਦਿਵਾਇਆ ਕਿ ਇਸ ਸਾਲ ਜਾਂ ਆਉਂਦੇ ਸਾਲ ਇਹ ਦਵਾਈ ਕਿਸਾਨਾਂ ਨੂੰ ਦਿੱਤੀ ਜਾਊ ਤਾਂ ਕਿ ਇਹ ਚੂਹਿਆਂ ਦਾ ਜਿਹੜਾ ਇਲਾਜ ਹੋ ਸਕੇ ਸੋ ਸਾਡੇ ਬਲੌਕ ਕੀਤੀ ਵਿੜੀ ਅਫਸਰ ਡਾਕਟਰ ਹਰਵਿੰਦਰ ਸਿੰਘ ਹੋਣਾ ਨੇ ਦੱਸਿਆ ਕਿ ਤਿੰਨ ਦਵਾਈਆਂ ਨੇ ਨਦੀਨ ਨਸ਼ਕ ਜਿਨ੍ਹਾਂ ਦੀ ਛਿੜਕਾ ਕਰਕੇ ਅਸੀਂ ਨਦੀਨਾਂ ਦੀ ਰੋਕத் ਥੰਮ ਕਰ ਸਕਦੇ ਹਾਂ ਪਰ ਕੱਲੀ ਇੱਥੇ ਦਵਾਈ ਕੰਮ ਨਹੀਂ ਕਰਦੀ ਕਿਸਾਨ ਵੀਰੋ ਜੇ ਸਾਡੀ ਸਪਰੇਅ ਟੈਕਨੀਕ ਨਹੀਂ ਵਧੀਆ ਹੋਊਗੀ ਸੋ ਸਪਰੇਅ ਟੈਕਨੀਕ ਕਿਹੜੀ ਹੋਣੀ ਚਾਹੀਦੀ ਆ ਕਰਦਿਆਂ ਗੱਲ ਸਾਡੇ ਮੋ ਖੇਤੀ ਵਿੜੀ ਅਫਸਰ ਡਾਕਟਰ ਮਨਜੀਤ ਸਿੰਘ ਹੋਣਾ ਨਾਲ ਸਪਰੇਅ ਜਿਹੜੀ ਆਪਾਂ ਨਦੀਨ ਨਸ਼ ਦੀ ਕਰਨੇ ਆ ਹਮੇਸ਼ਾ ਸਾਨੂੰ ਕਟਾ ਵਾਲੀ ਨੋਜ਼ਲ ਨਾਲ ਕਰਨੀ ਚਾਹੀਦੀ ਆ ਕਈ ਭਰਾ ਚਾਹੁੰਦੇ ਆ ਵੀ ਅਸੀਂ ਇੰਜਨ ਵਾਲੇ ਉਹਦੇ ਨਾਲ ਹੀ ਸਪਰੇਅ ਕਰੀਏ ਤਾਂ ਉਹਦੇ ਤੇ ਵੀ ਕੱਟ ਵਾਲੀ ਨੋਜ਼ਲ ਲਾਈ ਜਾ ਸਕਦੀ ਹੈ ਕੱਟ ਵਾਲੀ ਨੋਜ਼ਲ ਬਿਲਕੁਲ ਸਿੱਧੀ ਲੈ ਕੇ ਜਾਣੀ ਚਾਹੀਦੀ ਹੈ ਇਸ ਤਰ੍ਹਾਂ ਸਾਨੂੰ ਖਬਰੀ ਸੱਜੀ ਨਹੀਂ ਘਮਾਉਣਾ ਚਾਹੀਦਾ ਉਹਨੂੰ ਬਿਲਕੁਲ ਜੇ ਸਿੱਧਾ ਸੈੱਡਸ ਲੈ ਕੇ ਜਾਵਾਂਗੇ ਤਾਂ ਸਿੱਧਾ ਉਹ ਜਿੱਥੇ-ਥੇ ਪਊਗੀ ਉਹ ਪੂਰਾ ਅਸਰ ਕਰੂਗਾ ਦਵਾਈ ਤੇ ਜੇਕਰ ਘੁਮਾ ਕੇ ਕਰਾਂਗੇ ਤਾਂ ਪੂਰਾ ਅਸਰ ਨਹੀਂ ਕਰੂਗੀ ਤੇ ਸਪਰੇਅ ਸਿਰਫ ਤੇ ਸਿਰਫ ਕੱਟ ਵਾਲੀ ਨੋਜ਼ਲ ਨਾਲ ਹੀ ਕੀਤੀ ਜਾਣੀ ਚਾਹੀਦੀ ਹੈ ਅ ਡੱਸ ਬਕ ਕਿਉਂਕਿ ਕਈ ਵਾਰੀ ਨਾ ਲੇਬਰ ਨਹੀਂ ਮਿਲਦੀ ਸਮਾਂ ਲੰਘਦਾ ਜਾਂਦਾ ਹੈ ਬੰਦਾ ਕਹਿੰਦਾ ਵੀ ਅੱਜ ਨਹੀਂ ਚੱਲ ਕੱਲ ਨੂੰ ਕਰਦੇ ਆਂਗੇ ਆਪਾਂ ਕਹਿੰਨੇ ਆ ਦਵਾਈ ਉਹ ਬਜਾਈ ਤੋਂ ਤੁਰੰਤ ਬਾਅਦ ਕਰਨੀ ਹੈ ਇੱਥੇ ਕੀ ਕਹਿਣਾ ਚਾਹੋਗੇ ਇੱਥੇ ਇੱਕ ਤਾਂ ਸਾਡੇ ਕੋਲੇ ਹੁਣ ਇੱਕ ਲੱਕੀ ਸੀਡ ਡ੍ਰਿਲ ਵੀ ਆ ਗਈ ਆ ਜਿਹੜੀ ਕਿ ਨਾ ਬਜਾਈ ਦੇ ਨਾਲ ਦੇ ਨਾਲ ਆਪਣੇ ਆਪ ਹੀ ਸਪਰੇਅ ਕਰਦੀ ਆ ਤੇ ਸਪਰੇ ਬਿਲਕੁਲ 24 ਘੰਟੇ ਦੇ ਵਿੱਚ ਵਿੱਚ ਹੋਣੀ ਚਾਹੀਦੀ ਆ ਜੋ ਸਪਰੇ ਕਰਨ ਦਾ ਸਮਾਂ ਆ ਸ੍ਰੀ ਸਵੇਰ ਜਾਂ ਸ਼ਾਮ ਆ ਦੁਪਹਿਰ ਵੇਲੇ ਸਪਰੇ ਕਰਨ ਤੋਂ ਗੁਰੇਜ਼ ਕਰਨਾ ਚਾਹੀਦਾ ਤੇ 24 ਘੰਟੇ ਦੇ ਵਿੱਚ ਵਿੱਚ ਸਾਨੂੰ ਹਰ ਹਾਲਤ ਜਿਹੜੀ ਸਪਰੇ ਕਰਨੀ ਚਾਹੀਦੀ ਆ ਜਿਹੜੀ ਕਿ 1 ਲੀਟਰ ডোজ ਪੈਂਦੀ ਆ ਉਹਦੀ ਸੋ ਸਾਡੇ ਵਿਚਕਾਰ ਹੋਰ ਵੀ ਕਿਸਾਨ ਵੀਰ ਨੇ ਜਿਨ੍ਹਾਂ ਨੇ ਕਾਫੀ ਲੰਬੇ ਸਮੇਂ ਤੋਂ ਬਜਾਈ ਕੀਤੀ ਅੱਜ ਉਹਨਾਂ ਦੇ ਖੇਤ 'ਚ ਅਸੀਂ ਖੜੇ ਆ ਨਾਮ ਦੱਸ ਦਿਓ ਜੀ ਪਹਿਲਾਂ ਤੇ ਤੁਸੀਂ ਆਪਣੇ ਖੇਤ ਦੇ ਵਿੱਚ ਜਦੋਂ ਬਜਾਈ ਕਰ ਰਹੇ ਸੀ ਕਿਹੜੀ ਸਮੱਸਿਆ ਆਉਂਦੀ ਆ ਮੈਂ ਪ੍ਰਗਟ ਸਿੰਘ ਜੀ ਫਿੰਟ ਟਾਈਪੀ ਜੀ ਮਨੋਜੀਤ ਹੁਣ 3 ਸਾਲ ਹੋ ਗਏ ਬੀਜ ਦੇਣੋਂ ਇਚਰੀ ਆ ਸਿੱਧੀ ਬਜਾਈ ਕਰਦੇ ਨੇ 2 ਸਾਲ ਅਸੀਂ ਪਹਿਲਾਂ ਹੀ ਬੀਜਦੇ ਰਹੇ ਆ ਜੀ 8 ਤੇ 9 ਚ ਤੇ ਦਿੱਕਤ ਆ ਜੀ ਇਹੀ ਆਉਂਦੀ ਆ ਜੀ ਇੱਕ ਤਾਂ ਕੱਖਾਂ ਦੀ ਜੇ ਟਾਈਮ ਤੇ ਸਪਰੇਅ ਨਾ ਹੋਵੇ ਬਸ ਉਹ ਦਿੱਕਤ ਆ ਜਾਂਦੀ ਆ ਮੱਧ ਤੋਂ ਵੱਧ ਜਾਂ ਪਾਣੀ ਦੀ ਦਿੱਕਤ ਆਉਂਦੀ ਆ ਜੀ ਸਾਨੂੰ ਜਦੋਂ ਮੌਕੇ ਤੇ ਲਾਈਟ ਨਹੀਂ ਆਉਂਦੀ ਬਸ ਉਹ ਰਾਮ ਦਾ ਨਹੀਂ ਵਹਣਾ ਕਿਤੇ ਅੱਧਾ ਘਹਿਰਾ ਰਾਮ ਜਾਂਦਾ ਜਦੋਂ ਦੁਬਾਰੇ ਰਾਮਾਉਣਾ ਉਹ ਹਰਾ ਹੋਣ ਤੋਂ ਵੀ ਦਿੱਕਤਮੰਦ ਆ ਜਿਹੜਾ ਦੁਬਾਰੇ ਰਾਮ ਗਿਆ ਜੀ ਬਸ ਆਹੀ ਦਿੱਕਤਾਂ ਨੇ ਜੀ ਹੋਰ ਤਾਂ ਕੋਈ ਨਹੀਂ ਕਣਕ ਦਾ ਝਾੜ ਇਹ ਤੇ ਵੱਧ ਆ ਜੀ ਜਿਹੜੇ ਕੱਦੂ ਨਹੀਂ ਕਰਦੇ ਵਹਣਾ ਇਹ ਪੋਲਾ ਰਹ ਜੇ ਹੈਂ ਬੀਜ ਦੇ ਚਾਹੇ ਜਿਵੇਂ ਮਰਜ਼ੀ ਬੀਜੇ ਵਾਕੇ ਬੀਜੇ ਅਗਲਾ ਕਣਕ ਦਾ ਝਾੜੇ ਚ ਵੱਧ ਦਾ ਗੰਟੜਾ ਦੋ ਗੰਟੜਾ ਪਰ ਮੇਰੀ ਦਾ ਜਿਹੜੀ 2 ਸਾਲ ਹੋ ਗਏ ਹੁਣ ਜਿਹੜੇ ਬੀਜ ਆ ਦੂਜੀ ਨੂੰ ਵੱਧ ਹੀ ਨਿਕਲਦੀ ਆ ਪੂਰਾ ਘਟਦੀ ਨਹੀਂ ਗੀ ਗੰਟੜਾ ਦੋ ਗੰਟੜਾ ਦਾ ਫਰਕ ਹੀ ਪੈਂਦਾ ਝਾੜੇ ਇੱਕ ਤੁਸੀਂ ਆਪਣੇ ਖੇਤ ਦੇ ਵਿੱਚ ਨਾ ਹੁਣੇ ਬਜਾਈ ਕਰ ਰਹੇ ਸੀ ਜਿਹੜੀ ਤਕਨੀਕ ਆਪਾਂ ਕਿਸਾਨ ਵੀਰਾਂ ਨੂੰ ਦਿਖਾਉਣੀ ਚਾਹੁੰਦੇ ਆ ਇਹ ਉਹਦੇ ਵਿੱਚ ਤੁਸੀਂ ਬੀਜ ਬੜਾ ਘੱਟ ਪਾਰੇ ਸੀ ਕੀ ਕਹਿਣਾ ਚਾਹੁੰਦੇ ਹੋ ਵੀ ਕਿੰਨਾ ਕੁ ਬੀਜ ਆ ਜਿਹੜਾ ਪਹਿਲਾਂ ਮੈਂ ਬੀਜੀ ਦੀ ਜੀ 4 ਕਿੱਲੇ ਬੀਜੇ ਦੀ 20 ਕਿਲੋ ਵੀ ਪਿਆਦੀ ਉਹ ਚ ਸਾਨੂੰ ਐ ਲੱਗਿਆ ਵੀ ਘਟ ਹੈਗਾ ਉਹ ਪੂਰਾ ਰਿਹਾ ਜੀ ਝਾੜ ਵੀ ਉਹਦੇ ਨਾਲ ਵਧਿਆ ਕੋਈ ਫਰਕ ਨਹੀਂ ਪਿਆ ਪਰ ਮਾੜਾ ਮੋਟਾ ਵਧਾਤਾ ਦੀ ਜਿਹੜਾ ਆਪਾਂ ਕਹਿੰਦੇ ਵੀ 8-9 ਕਿਲੋ ਵੀ ਪਾ ਦੋ ਉਹਦਾ ਤਾਂ ਕੋਈ ਫਾਇਦਾ ਨਹੀਂ ਹੈਗਾ ਵੱਧ ਸੰਘਣਾ ਹੋ ਜਾਂਦਾ ਤਾਂ ਅਨਜੀਤ ਨੇ ਬੀਜੇ ਦੀ 4 ਕਿਲੋ ਉਦੋਂ ਸੰਘਣਾ ਪੈ ਗਿਆ ਦੀ ਪਹਿਲਾਂ ਮਸ਼ੀਨ ਦਾ ਹਿਸਾਬ ਨਹੀਂ ਦੀ ਨਵੀਂ ਲਿਆਂਦੀ ਸੀ 8 ਕਿਲੋ ਪੈ ਗਿਆ ਜੀ ਉਹ ਫਿਰ ਥੀਲੀ ਦੋ ਵਾਰੀ ਟੇਡੇ ਲੋਟ ਥੀਲੀ ਖੁੱਡਾਂ ਲੋਟ ਵੀ ਨਹੀਂ ਪੱਟੀ ਵਿੱਚੋਂ ਉਹ ਉਹਦਾ ਨੁਕਸਾਨ ਹੀ ਹੈ ਜੀ ਕੋਈ ਵਾੜਾ ਫਾਇਦਾ ਨਹੀਂ ਹੈਗਾ ਜੇ ਜ਼ਿਆਦਾ ਵੀ ਪੋਣੇ 5 ਕਿਲੋ ਸਾਡੇ ਦਾ ਫਿੱਟ ਆ ਸਾਡੇ ਦਾ ਜੇ 5 ਤੇ 6 ਦੇ ਵਿੱਚ ਹੀ ਰਹੇ ਬਸ ਇਹ ਤੋਂ ਵੱਧ ਵੀ ਪਾਉਣ ਦਾ ਕੋਈ ਐਡਾ ਜਿਹੜਾ ਹੈ ਨਹੀਂ ਜਿਹੜਾ ਆਪਾਂ ਕਹਿੰਦੇ ਨੇ 10 ਕਿਲੋ ਪਾ ਦਿਓ ਜਾਂ 8 ਕਿਲੋ ਪਾ ਦਿਓ 12 ਕਿਲੋ ਪਾ ਦਿਓ ਪਹਿਲਾਂ ਕਣਕ ਚ ਪਾ ਪਾ ਦੇਖ ਲਿਆ ਸੀ 0 ਡਰੈਲਰ ਦੇ 98 ਚ ਤੁਹਾਨੂੰ ਜੀਤ ਨੇ ਉਦੋਂ ਲੋਕ ਕਹਿੰਦੇ ਸੀ ਜੀ ਜਦੋਂ ਬੀਜਣ ਲੱਗਿਆ ਸਿੱਧੀ ਵਿਜਾਈ ਕਰਨ ਲੱਗਿਆ ਸਾਨੂੰ ਵੀ ਯਕੀਨ ਨਹੀਂ ਸੀ ਅਗਲਾ ਕਹਿੰਦਾ ਖਾਨ ਜੋਗਰੀ ਦਾ ਬਾਕੇ ਬੀਜ ਲੋ ਉਦੋਂ ਦੇ ਅਸੀਂ ਲੱਗਿਆ ਜੀ ਇਹ ਕੰਮ ਕਰਨ 98 ਦੇ ਲੱਗਿਆ ਪਹਿਲਾਂ ਸਿੱਧੀ 0 ਡਰੈਲਰ ਨਾਲ ਉਹਦੀ ਕਣਕ ਦੀ ਵਿਜਾਈ ਕਰਨ ਲੱਗੇ ਉਦੂਆਲੇ ਦੀ ਲਾਗੇ ਜਿਰੀ ਦੀ ਸਾਨੂੰ ਤਾਂ ਕੋਈ ਇੰਨੀ ਦਿੱਕਤ ਆਉਂਦੀ ਨਹੀਂ ਜਿਹਦੀ ਤੁਸੀਂ ਦੱਸੋ ਆਪਣਾ ਨਾਮ ਦੱਸ ਦਿਓ ਪਹਿਲਾਂ ਤੇ ਤੁਸੀਂ ਦੱਸੋ ਕਿੰਨੇ ਕਿ ਚਿਰ ਤੋਂ ਇੱਥੇ ਆਲੇ ਦੁਆਲੇ ਤੁਹਾਡੇ ਵਜਾਈ ਹੋ ਰਹੀ ਹੈ ਮੈਂ ਤੇਲੂ ਰਾਮ ਸਾਫਕਾ ਖੇਤੀਬਾੜੀ ਸੰਸਟ੍ਰਕਟਰ ਬਲਾਕ ਪਿੱਖੀ ਇਸ ਪਿੱਖੀ ਬਲਾਕ ਚ ਝੋਨੇ ਦੀ ਸਿੱਧੀ ਵਜਾਈ ਪਿਛਲੇ 8-10 ਸਾਲ ਤੋਂ ਹੋ ਰਹੀ ਹੈ ਖਾਸ ਕਰਕੇ ਢੈਵੀ ਪਿੰਡ ਚ ਬਹੁਤ ਵਧੀਆ ਕਿਸਾਨਾਂ ਦਾ ਰਿਸਪੌਂਸ ਆ ਵਧੀਆ ਝਾੜ ਪ੍ਰਾਪਤ ਕਰ ਰਹੇ ਨੇ ਤੇ ਮੈਂ ਦੂਰਦਰਸ਼ਨ ਦੇ ਮਾਧਮੇ ਰਾਹੀਂ ਕਿਸਾਨਾਂ ਨੂੰ ਇਹ ਅਪੀਲ ਕਰਦਾ ਹਾਂ ਕਿ ਉਹ ਵੱਧ ਤੋਂ ਵੱਧ ਝੋਨੇ ਦੀ ਸਿੱਧੀ ਬਿਜਾਈ ਕਰਨ ਤੇ ਤਾਂ ਜੋ ਆਪਾਂ ਆਉਣ ਵਾਲੀਆਂ ਪੀੜ੍ਹੀਆਂ ਲਈ ਪਾਣੀ ਦੀ ਬਚਤ ਕਰ ਸਕੀ। ਮੁੱਖ ਖੇਤੀਬੜੀ ਅਫਸਰ ਜੀ ਕੋਲ ਫੇਰ ਚਲਦੇ ਹਾਂ ਅ ਡਾ ਸਾਹਿਬ ਆਪਾਂ ਦੇਖ ਰਹੇ ਆਲੇ ਦੁਵਾਲੇ ਕਿ ਕਈ ਵਾਰੀ ਕਿਸਾਨ ਵੀਰ ਕੀ ਕਰਦੇ ਆ ਕਿ ਆਹ ਪ੍ਰਾਲ ਦੀ ਨਾੜ ਨੂੰ ਅਗਲਾ ਦਿਆ ਕਿਉਂਕਿ ਆਪਾਂ ਅੱਜ ਸਿੱਧੀ ਬਿਜਾਈ ਲਈ ਇਕੱਠੇ ਹੋਇਆ ਖੇਤ ਦੇ ਵਿੱਚ ਤਕਨੀਕ ਦਿਖਾਉਣ ਲਈ ਕੀ ਕਹਿਣਾ ਚਾਹੋਗੇ ਕੋਈ ਸਿੱਧੀ ਬਜਾਈ ਲਈ ਤਾਂ ਉਹ ਨਾੜ ਕੁਝ ਨਹੀਂ ਕਹਿੰਦਾ ਜਾਂ ਜੇ ਆਪਾਂ ਟਰਾਂਸਪਲੈਂਟ ਕਰਦੇ ਆ ਜੀ ਤਾਂ ਵੀ ਕੁਝ ਨਹੀਂ ਕਹਿੰਦਾ ਉਹ ਕੀ ਕਹਿਣਾ ਚਾਹੋਗੇ ਅ ਜੋ ਸਿੱਧੀ ਬਜਾਈ ਦੇ ਸਬੰਧ ਚ ਇਹਦੇ ਵਿਆਹ ਤੇ ਪਰਾਲੀ ਦਾ ਕੋਈ ਵੀ ਆਪਣਾ ਰਿਕਾਉਟ ਨਹੀਂ ਪੈ ਰਹੀ ਇਹ ਚ ਬਿਲਕੁਲ ਠੀਕ ਠਾਕ ਬਜਾਈ ਹੋ ਰਹੀ ਆ ਕਿਸੇ ਤਰ੍ਹਾਂ ਦਾ ਕਿਸਾਨ ਵੀਰਾਂ ਨੂੰ ਅਸੀਂ ਕਹਿੰਨੇ ਆ ਵੀ ਜੇ ਆਪਾਂ ਅੱਗ ਲਾਉਂਦੇ ਆ ਨਾਰ ਨੂੰ ਤਾਂ ਉਹਦੇ ਨਾਲ ਨੁਕਸਾਨ ਬੜੇ ਹੋ ਰਹੇ ਆ ਆਪਾਂ ਨੂੰ ਪਤਾ ਆਪਣਾ ਵਾਤਾਵਰਨ ਵੀ ਪ੍ਰੀਲੂਤ ਹੁੰਦਾ ਤੇ ਆਪਣੇ ਸੂਖਮ ਜੀਵ ਜੰਤੂ ਮਰਦੇ ਨੇ ਤੇ ਮਿੱਟੀ ਦੇ ਆਪਣੇ ਜ਼ਰੂਰੀ ਤੱਤ ਵੀ ਨਸ਼ਟ ਹੋ ਜਾਂਦੇ ਆ ਤੇ ਇਸ ਕਰਕੇ ਸਾਡੀ ਕਿਸਾਨ ਭਰਾਵਾਂ ਨੂੰ ਅਪੀਲ ਆ ਵੀ ਬਿਲਕੁਲ ਪਰਾਲੀ ਨੂੰ ਅੱਗ ਨਾ ਲਗਾਈ ਜਾਵੇ ਤੇ ਜਿਹੜੀ ਡਾਇਰੈਕਟਰ ਸੀਡਿੰਗ ਆ ਹੈ ਰਾਰਿਸ਼ਤੀ ਤੇ ਇਹਦੇ ਨਾਲ ਕਰਕੇ ਵੱਤ ਤੋਂ ਵੱਧ ਫਾਇਦਾ ਠਾਇਆ ਜਾਵੇ ਇਸ ਸਕੀਮ ਦਾ ਜਿਹੜਾ ਸਾਡਾ ਨਾੜ ਕਣਕ ਦਾ ਸੀ ਇਹਨੂੰ ਅੱਗ ਲਾਉਣ ਦੀ ਕੋਈ ਜ਼ਰੂਰਤ ਤਾਂ ਹੈ ਨਹੀਂ ਕਿ ਜੇ ਅਸੀਂ ਵਿਜਾਈ ਕਰਦੇ ਆ ਕੋਈ ਸਮੱਸਿਆ ਤਾਂ ਆਉਂਦੀ ਨਹੀਂ ਪ੍ਰਾਲ ਦੀ ਕੀ ਕਹਿਣਾ ਚਾਹੋਗੇ ਪ੍ਰਾਲ ਦੀ ਸਮੱਸਿਆ ਨਹੀਂ ਆਉਂਦੀ ਜੀ ਡੀਜ਼ਲ ਮਹਿੰਗਾ ਅਸੀਂ ਬਾਹੀ ਤੋਂ ਚਲਦੇ ਆ ਜਦੋਂ ਬਾਹੀ ਦੀ ਤਿੰਨ ਚਾਰ ਵਾਰੀ ਕਰਨੀ ਪੈਂਦੀ ਹੈ ਜੀ ਹੁਣ ਪਹਿਲਾਂ ਦੋ ਵਾਰੀ ਤਵੀਆਂ ਨਾਲ ਬਾਕੇ ਫੇਰ ਰੌਣੀ ਕਰਨੀ ਪਊ ਫੇਰ ਫੇਰ ਇਹ ਵਿੱਚ ਗਾਲਣਾ ਪਊ ਦੁਆਰੇ ਪਾਉਣਾ ਪਊ ਅਸੀਂ ਡੀਜ਼ਲ ਮਹਿੰਗਾ ਜੀ 100 ਰੁਪਏ ਲੀਟਰ ਹੋਇਆ ਪਿਆ ਤਾਂ ਕਰਕੇ ਇਹਨੂੰ ਅੱਗ ਲਾਉਣੀ ਪੈਂਦੀ ਹੈ ਜੇ ਕੋਈ ਸਰਕਾਰ ਜਿਵੇਂ ਹੁਣ 1500 ਰੁਪਏ ਇਹਦਾ ਕਹਿੰਦੇ ਨੇ ਵੀ ਸਿੱਧੀ ਵਿਜਾਈ ਵਾਲੇ ਨੂੰ ਦੇਵਾਂਗੇ ਸਾਨੂੰ 1500 2000 ਰੁਪਏ ਦੇਣਾ ਅਸੀਂ ਵਿੱਚ ਗਾਲ ਦਾਂਗੇ ਅਸੀਂ ਡੀਜ਼ਲ ਫੂਕ ਲਾਂਗੇ ਉਸੇ ਤੇਲ ਦਾ ਆਹੀ ਦਿੱਕਤ ਹੈ ਜੀ ਹੋਰ ਕੋਈ ਦਿੱਕਤ ਨਹੀਂ ਹੈਗੀ ਮਹਿਕਮੇ ਦੇ ਕੋਲ ਫੇਰ ਚਲਦੇ ਆ ਇੱਕ ਵਾਰੀ ਮੈਂ ਜੀ ਡਾਕਟਰ ਜਰਮਨ ਜੋ ਸਿੰਘ ਚਹਿਲ ਖੇਤੀਬਾੜੀ ਵਿਕਾਸ ਅਫਸਰ ਅਲੀ ਸ਼ੇਰ ਕਲਾਂ ਸਰਕਲ ਬਲਾਕ ਭੀਖੀ ਜਿੱਥੋਂ ਤੱਕ ਅਸੀਂ ਦੇਖਿਆ ਜੀ ਜਿਵੇਂ ਸਾਡੇ ਭੀਖੀ ਬਲਾਕ ਦੇ ਕਈ ਪਿੰਡ ਹੈ ਅਸੀਂ ਜ ਲਗਭਗ ਇਕੱਲੇ ਮੇਰੇ ਸਰਕਲ ਦੀ ਗੱਲ ਨਾ ਕਰੀਏ ਸਰਕਲ ਟੈਪ ਹੀ ਹੈ ਜਿੱਥੇ ਆਪਾਂ ਜਿਵੇਂ ਖੜੇ ਆ ਅੱਜ ਇਸ ਤੋਂ ਬਿਨਾ ਵੀ ਓਵਰ ਆਲ ਜਿਹੜੀ ਮਾਨਸਾ ਦਾ ਆਪਾਂ ਦੇਖੀਏ ਤਾਂ ਜਿਹੜਾ ਲੋਕਾਂ ਦਾ ਰੁਝਾਨ ਹੈ ਜਿਹੜਾ ਉਹ ਵੱਧ ਰਿਹਾ ਹੈ ਪਹਿਲਾਂ ਨਾਲੋਂ ਸੋ ਜਿਹੜੀ ਸਿੱਧੀ ਭਜਾਈ ਦਾ ਰਕਬਾ ਵੀ ਹੈ ਜਿਹੜਾ ਉਹ ਵੀ ਇਸ ਸਾਲ ਜਿਹੜਾ ਸਾਡੇ ਮੁਤਾਬਿਕ ਜਿਹੜਾ ਵਧੂਗਾ ਸੋ ਲੋਕ ਇਹਦੇ ਵਿੱਚ ਆਪਣਾ ਰੁਝਾਨ ਦਿਖਾ ਰਹੇ ਆ ਤੇ ਬਹੁਤ ਜਿਹੜਾ ਆਪਣੇ ਤੌਰ ਤੇ ਜਿਹੜਾ ਖੁਦ ਜਿਹੜਾ ਕੋਸ਼ਿਸ਼ ਕਰ ਰਿਹਾ ਲੋਕ ਇੱਧਰ ਜਿਹੜਾ ਸਿੱਧੀ ਬਿਜਾਈ ਨੂੰ ਅਪਣਾਉਣ ਲਈ ਤੁਸੀਂ ਦੱਸੋ ਕੀ ਕਹਿਣਾ ਚਾਹੋਗੇ ਮੈਂ ਤਾਂ ਇਹੀ ਕਹਿ ਰਿਹਾ ਜੀ ਜੇ ਸਰਕਾਰ ਦੀਆਂ ਹਦਾਇਤਾਂ ਮੁਤਾਬਕ ਕਿਸਾਨ ਵੀਰਾਂ ਦੀ ਖੁਸ਼ੀ ਹੁੰਦੀ ਹੈ ਸਿੱਧੀ ਬਿਜਾਈ ਦੇ ਨਾਲ ਪਾਣੀ ਦੀ ਬਚਤ ਹੁੰਦੀ ਹੈ ਤੇ ਹੋਰ ਖਰਚੇ ਵੀ ਘਟਦੇ ਆ ਤਾਂ ਕਿਸਾਨ ਵੀਰਾਂ ਨੂੰ ਸਿੱਧੀ ਬਿਜਾਈ ਕਰਨੀ ਚਾਹੀਦੀ ਹੈ ਦੂਰਦਰਸ਼ਨ ਰਾਹੀਂ ਅਸੀਂ ਤਾਂ ਇਹੀ ਕਹਿਣਾ ਚਾਹੁੰਦੇ ਆ ਵੀ ਸਾਰੇ ਕਿਸਾਨ ਵੀਰ ਪੰਜਾਬ ਕੀ ਸਾਰੇ ਹਿੰਦੁਸਤਾਨ ਦੇ ਕਿਸਾਨ ਵੀਰ ਸਿੱਧੀ ਬਿਜਾਈ ਕਰਨ ਤਾਂ ਕਿ ਆਉਣ ਵਾਲੀਆਂ ਨਸਲਾਂ ਲਈ ਸਾਡੇ ਬੱਚਿਆਂ ਲਈ ਭਵਿੱਖ ਲਈ ਪਾਣੀ ਦੀ ਬਚਤ ਵੱਤਵਤ ਹੋ ਸਕੇ ਅਖੀਰ ਦੇ ਵਿੱਚ ਆਪਾਂ ਸਾਡੇ ਜ਼ਿਲ੍ਹੇ ਦੇ ਮੁੱਖੀ ਐਗਰੀਕਲਚਰ ਮਾਨਸਾ ਉਹਨਾਂ ਤੋਂ ਸੁਝਾਅ ਚਾਹਾਂਗੇ ਕਿ ਉਹ ਕੀ ਦੇਣਾ ਚਾਹੁੰਦੇ ਆ ਕਿ ਇਹ ਬਜਾਈ ਕਿਸਾਨ ਵੀਰ ਵੱਡੇ ਪੱਧਰ ਤੇ ਕਰਨ ਸਾਰੇ ਕਿਸਾਨ ਭਰਾਵਾਂ ਨੂੰ ਮੈਂ ਇਹੀ ਅਪੀਲ ਕਰੂੰਗਾ ਕਿ ਆਪਾਂ ਪਾਣੀ ਦੀ ਬਹੁਤ ਵੱਡੀ ਸਮੱਸਿਆ ਨੂੰ ਵੇਖਦੇ ਹੋਏ ਆਪਾਂ ਨੂੰ ਡੀਐਸਆਰ ਤਕਨੀਕ ਨਾਲ ਜੋੜਨ ਦੀ ਲੋੜ ਆ ਸਿਰਫ ਆਪਾਂ ਨੂੰ ਥੋੜਾ ਧਿਆਨ ਦੇਣ ਦੀ ਜ਼ਰੂਰਤ ਆ ਕਿ ਆਪਾਂ ਸਹੀ ਜ਼ਮੀਨ ਦੀ ਚੋਣ ਕਰੀਏ ਸਹੀ ਵੈਰਾਈਟੀ ਦੀ ਚੋਣ ਕਰੀਏ ਤੇ ਖੇਤ ਨੂੰ ਪੂਰਾ ਪੱਧਰਾ ਕਰਕੇ ਇਸ ਇਸ ਸਕੀਮ ਤਾ ਅਧੀਨ ਆਪਾਂ ਝੋਨੇ ਦੀ ਬਿਜਾਈ ਕੀ ਕਰੀਏ ਤਾਂ ਕਿ ਆਪਾਂ ਨੂੰ ਕੋਈ ਮੁਸ਼ਕਲ ਨਾ ਹੋਵੇ ਫੇਰ ਵੀ ਜੇਕਰ ਕੋਈ ਮੁਸ਼ਕਲ ਆਉਂਦੀ ਆ ਤਾਂ ਤੁਰੰਤ ਖੇਤੀਬਾੜੀ ਵਿਭਾਗ ਨਾਲ ਜਾਂ ਖੇਤੀਬਾੜੀ ਜੂਨੀਅਰ ਅਸਟੈਂਟ ਨਾਲ ਤੁਰੰਤ ਸੰਪਰਕ ਕਰਕੇ ਇਸ ਸਕੀਮ ਦੇ ਜੋ ਵੀ ਤੁਹਾਨੂੰ ਤਕਲੀਫ ਹੁੰਦੀ ਹੈ ਉਹ ਡਿਸਕਸ ਕਰਕੇ ਉਹਦਾ ਹੱਲ ਕੀਤਾ ਜਾ ਸਕਦਾ ਸੋ ਕਿਸਾਨ ਵੀਰੋ ਤੁਸੀਂ ਸਾਡੇ ਜ਼ਿਲ੍ਹੇ ਦੇ ਮੁੱਖ ਖੇਤੀਬੀ ਅਫਸਰ ਦੇ ਵਿਚਾਰ ਸੁਣੇ ਕਿ ਜੇ ਕਿਸੇ ਕਿਸਮ ਦੀ ਵੀ ਸਮੱਸਿਆ ਤੁਹਾਨੂੰ ਇਹਦੇ ਬਾਰੇ ਚ ਸਿੱਧੀ ਵਿਜਾਈ ਦੇ ਲਈ ਆਉਂਦੀ ਹੈ ਤਾਂ ਤੁਰੰਤ ਉਹਨਾਂ ਦੇ ਮਹਿਕਮੇ ਦੇ ਅਧਿਕਾਰੀਆਂ ਦੇ ਨਾਲ ਜਿਹੜੇ ਬਲਾਕ ਲੈਵਲ ਤੇ ਸਰਕਲ ਪੱਧਰ ਦੇ ਉੱਤੇ ਬੈਠੇ ਨੇ ਉਹਨਾਂ ਦੇ ਨਾਲ ਸੰਪਰਕ ਕੀਤਾ ਜਾ ਸਕਦਾ ਪਰ ਇਸ ਬਜਾਈ ਦੇ ਥੱਲੇ ਵੱਧ ਤੋਂ ਵੱਧ ਰਕਵਾ ਲਿਆਂਦਾ ਜਾਵੇ ਤਾਂ ਕਿ ਆਪਾਂ ਪਾਣੀ ਨੂੰ ਬਚਾ ਸਕੀਏ ਸੋ ਆਉਣ ਵਾਲੀਆਂ ਨਸਲਾਂ ਨੂੰ ਬਚਾ ਸਕੀਏ ਇਹੀ ਸਾਡਾ ਜਿਹੜਾ ਸੀ ਅੱਜ ਦਾ ਵਿਚਾਰ ਸੀ ਇਸ ਪ੍ਰੋਗਰਾਮ ਦਾ ਸੋ ਇਹ ਪ੍ਰੋਗਰਾਮ ਦੇ ਵਿੱਚ ਆਉਣ ਲਈ ਸਾਡੇ ਖੇਤੀਬਾੜੀ ਅਫਸਰ ਦੇ ਜਿਹੜੇ ਨੇ ਵਿਭਾਗ ਦੇ ਉਹਨਾਂ ਦਾ ਅਸੀਂ ਬਹੁਤ-ਬਹੁਤ ਧੰਨਵਾਦ ਕਰਦੇ ਹਾਂ ਕਿਸਾਨ ਵੀਰ ਜਿਹੜੇ ਪਿੰਡ ਦੇ ਇੱਥੇ ਇਕੱਠੇ ਹੋਏ ਨੇ ਉਹਨਾਂ ਦਾ ਵੀ ਅਸੀਂ ਬਹੁਤ-ਬਹੁਤ ਧੰਨਵਾਦ ਕਰਦੇ ਹਾਂ ਕਿਸਾਨ ਵੀਰ ਉਹਨਾਂ ਦਾ ਵੀ ਬਹੁਤ-ਬਹੁਤ ਧੰਨਵਾਦ